ਮਨਜੀਤ ਸਿੰਘ ਬੋਪਰਾ ਦੀ ਪੁਸਤਕ ਹੈ ਜੋਤਿਸ਼ ਝੂਠਪੋਲ ਅਗਲਾ ਪਾਗ ਵਿਆਹ ਤੇ ਬੱਚਿਆਂ ਦੀਆਂ ਰੇਖਾਵਾਂ ਵਿਆਹ ਦੀਆਂ ਰੇਖਾਵਾਂ ਡੁੰਗੀਆਂ ਉਕਰੀਆਂ ਰੇਖਾਵਾਂ ਹਨ ਜਿਹੜੀਆਂ ਦਿਲ ਰੇਖਾ ਦੇ ਸਮਾਨੰਤਰ ਚਲਦੀਆਂ ਇਹ ਰੇਖਾਵਾਂ ਛੋਟੀ ਉਂਗਲ ਦੇ ਥੱਲੇ ਬਾਹਰਲੇ ਪਾਸੇ ਸਥਿਤ ਹੁੰਦੀਆਂ ਹਨ ਆਪਣੀ ਕਿਸਮਤ ਜਾਣਨ ਪਿੱਛੇ ਬਹੁਤ ਸਾਰੇ ਗਾਹਕ ਵਿਆਪਤਾ ਜੀਵਨ ਬਾਰੇ ਜਾਣਨ ਦੇ ਬਹੁਤ ਹੀ ਉਤਸੁਖ ਹੁੰਦੇ ਹੈ ਜਦੋਂ ਗਾਹ ਕਿਸਤਰੀ ਹੋਏ ਤਾਂ ਇਹਦਾ ਸਭ ਤੋਂ ਪਹਿਲਾਂ ਤੇ ਸਭ ਤੋਂ ਮਹੱਤਵਪੂਰਨ ਪ੍ਰਸ਼ਨ ਸ਼ਾਇਦ ਵਿਆਹ ਬਾਰੇ ਹੁੰਦਾ ਹੈ ਵਿਆਹ ਰੇਖਾ ਦੋਨਾਂ ਲਿੰਗਾ ਦੀ ਸਾਂਝ ਬਾਰੇ ਦੱਸਦੀ ਹੈ ਭਾਵੇਂ ਵਿਆਹ ਸਮਾਜਾਂ ਕਾਨੂੰਨ ਦੁਆਰਾ ਪ੍ਰਮਾਣਿਤ ਹੈ ਜਾਂ ਨਹੀਂ ਕੀ ਰੋ ਬੜਾ ਹੀ ਸਾਫ਼ ਵਰਣਨ ਕਰਦਾ ਹੈ ਕਿ ਹੱਥ ਵਿਆਹ ਦੀ ਰਸਮ ਦੀ ਸੱਚਾਈ ਨੂੰ ਪ੍ਰਮਾਣਿਤ ਨਹੀਂ ਕਰਦਾ ਚਾਹੇ ਕਾਨੂੰਨੀ ਹੋਏ ਜਾਂ ਧਾਰਮਿਕ ਵਕਫਾਕ ਵਿਅਕਤੀਆਂ ਦਾ ਸਾਡੇ ਜੀਵਨ ਉਤੇ ਪ੍ਰਭਾਵ ਹੀ ਦਰਸਾਉਂਦਾ ਹੈ ਆਓ ਅਸੀਂ ਹੋਰ ਹੱਥ ਰੇਖਾ ਮਾਹਿਰਾਂ ਦੇ ਵਿਆਹ ਜਾਂ ਵਿਆਹ ਰੇਖਾਵਾਂ ਬਾਰੇ ਵਿਚਾਰ ਜਾਨੀਏ ਕਿਸਮਤ ਦੱਸਣ ਦਾ ਐਨਸਾਈਕਲੋਪੀਡੀਆ ਵਿੱਚ ਫਰਾਂਸਿਸ ਕਿੰਗ ਵਰਣਨ ਦਿੰਦਾ ਹੈ ਕਿ ਵਿਆਹ ਰੇਖਾ ਸਿਰਫ ਵਿਆਹ ਨਾਲ ਹੀ ਨਹੀਂ ਸਗੋ ਦੂਜੇ ਲੋਕਾਂ ਨਾਲ ਨੇੜੇ ਦੇ ਸਬੰਧਾਂ ਨਾਲ ਵੀ ਸੰਬੰਧਤ ਹੈ ਅੱਜ ਕੱਲ੍ਹ ਦੇ ਹੱਥ ਰੇਖਾ ਮਾਹਿਰ ਇਸ ਰੇਖਾ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਪੁਰਾਤਨ ਤੌਰ ਤੇ ਬੇਸ਼ੱਕ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਜਦੋਂ ਇਹ ਰੇਖਾ ਦਿਲ ਰੇਖਾ ਤੋਂ ਪਰੇ ਰਹਿੰਦੀ ਹੋਈ ਨਾਲ-ਨਾਲ ਚੱਲਦੀ ਹੈ ਤੇ ਬਹੁਤ ਹੀ ਖੁਸ਼ੀ ਤੇ ਲੰਮਾ ਸਮਾਂ ਵਿਆਹਤਾ ਜੀਵਨ ਦੀ ਨਿਸ਼ਾਨੀ ਹੁੰਦੀ ਹੈ ਡਾਕਟਰ ਮਰੀਆ ਕੋਸਟੋਵ ਆਪਣੀ ਕਿਤਾਬ ਹਥੇਲੀਆਂ ਕਿਵੇਂ ਪੜੀਏ ਵਿੱਚ ਵਿਚਾਰ ਪ੍ਰਗਟ ਕਰਦੀ ਹੈ ਕਿ ਵਿਆਹ ਰੇਖਾ ਕਾਰੋਬਾਰ ਤੇ ਵਿਅਕਤੀਗਤ ਜੀਵਨ ਉਤੇ ਭਾਵਨਾਤਮਕ ਸਬੰਧਾਂ ਤੇ ਆਮ ਕਰਕੇ ਵਿਅਕਤੀਗਤ ਸਬੰਧਾਂ ਦੀ ਨਿਸ਼ਾਨੀ ਹੁੰਦੀ ਹੈ ਉਹ ਵਿਅਕਤੀ ਜਿਨ੍ਹਾਂ ਦੇ ਰੇਖਾਵਾਂ ਹੁੰਦੀਆਂ ਦੂਜਿਆਂ ਪ੍ਰਤੀ ਬਹੁਤ ਹੀ ਡੂੰਘਾਈ ਭਰਿਆ ਪਿਆਰ ਕਰਨ ਦੀ ਯੋਗ ਹੁੰਦੇ ਆ ਪਿਆਰ ਤੇ ਦਿਆਲਤਾ ਇਹਨਾਂ ਦੇ ਬਹੁਤ ਹੀ ਮਹੱਤਵਪੂਰਨ ਪਹਿਲੂ ਹੁੰਦੇ ਆ ਜੇ ਵਿਆਹਤਾ ਸਬੰਧ ਦਬਾਤ ਹਲੇ ਦਿਸਦੇ ਆ ਤਾਂ ਵਧੀਆ ਉਕਰੀਆਂ ਰ ਵਿਆਹ ਰੇਖਾਵਾਂ ਸਮੱਸਿਆਵਾਂ ਦੇ ਖੁਸ਼ੀ ਭਰੇ ਹੱਲ ਦੀ ਨਿਸ਼ਾਨੀ ਹੁੰਦੀਆਂ ਬੱਚਿਆਂ ਦੀਆਂ ਰੇਖਾਵਾਂ ਬਾਰੇ ਡਾਕਟਰ ਮਰੀਆ ਕਹਿੰਦੀ ਹੈ ਕਿ ਵਿਆਹ ਰੇਖਾ ਦੇ ਨੇੜੇ ਜੁੜੀਆਂ ਹੁੰਦੀਆਂ ਦੂਜਿਆਂ ਉੱਤੇ ਨਿਰਭਰਤਾ ਤੇ ਦੂਜਿਆਂ ਦੀ ਜ਼ਿੰਮੇਵਾਰੀ ਬੱਚਿਆਂ ਦੀਆਂ ਰੇਖਾਵਾਂ ਨਾਲ ਸੰਬੰਧਿਤ ਹੈ ਜਿਹੜੀ ਆਮ ਵਿਸ਼ਵਾਸ ਦੇ ਉਲਟ ਉਹਨਾਂ ਦੀ ਹੋਣਦ ਵਾਲਾ ਵਿਅਕਤੀ ਸੰਸਾਰ 'ਚ ਕਿੰਨੇ ਬੱਚੇ ਲਿਆਏਗਾ ਨਹੀਂ ਦੱਸਦੀਆਂ ਇਹ ਰੇਖਾਵਾਂ ਵਿਅਕਤੀ ਦੇ ਨੇੜਲੇ ਸੰਬੰਧੀਆਂ ਦੀ ਲੋੜਾਂ ਸ਼ਮੂਲੀਅਤ ਤੇ ਜੀਵਨ ਚੂਚੀਆਂ ਨੀਵੀਆਂ ਦੇ ਭਾਵ ਦੀ ਸਮਝ ਦਰਸਾਉਂਦੀਆਂ ਹੋਰ ਅੱਗੇ ਜਿਨ੍ਹਾਂ ਦੇ ਪੁੱਤਰ ਦੀਆਂ ਰੇਖਾਵਾਂ ਹੋਣਗੀਆਂ ਉਹ ਲਗਭਗ ਜੀਵਨ ਵਿੱਚ ਔਖੀਆਂ ਘੜੀਆਂ ਕੱਟਣ ਦੀ ਸ਼ਕਤੀ ਲੱਭਣਗੇ ਅਮਰੀਕਾ ਦਾ ਹੈਂਡਰੀ ਫ੍ਰਿਥ ਆਪਣੀ ਕਿਤਾਬ ਹੱਥ ਪੜਨ ਦੇ ਭੇਦ ਖੋਲਣੇ ਵਿੱਚ ਵੱਖਰੀ ਤਰ੍ਹਾਂ ਦਾ ਵਿਚਾਰ ਪੇਸ਼ ਕਰਦਾ ਹੈ ਵਿਆਹ ਕਦੇ ਵਾਪਰਨ ਦੀ ਸੰਭਾਵਨਾ ਜਾਂ ਵਾਪਰਿਆ ਹੈ ਨੂੰ ਦੱਸਣ ਦਾ ਢੰਗ ਇਹ ਹੈ ਸਭ ਤੋਂ ਪਹਿਲਾਂ ਦਿਲ ਤੇ ਕਿਸਮਤ ਰੇਖਾ ਵੇਖੋ ਅਕਸਰ ਸ਼ੁਕਰ ਪਰਬਤ ਤੋਂ ਇੱਕ ਰੇਖਾ ਉੱਠਦੀ ਹੈ ਜਿਹੜੀ ਕਿਸਮਤ ਰੇਖਾ ਨਾਲ ਜਾ ਮਿਲਦੀ ਹੈ ਜੋੜ ਤੋਂ ਉੱਪਰ ਕਿਸਮਤ ਰੇਖਾ ਵੰਡੀ ਜਾਂਦੀ ਹੈ ਜਿਹੜੀ ਕਿ ਦੂਜੇ ਵਿਅਕਤੀ ਦਾ ਪ੍ਰਭਾਵ ਦਰਸਾਉਂਦੀ ਹੈ ਦਿਲ ਰੇਖਾ ਦਾ ਖੁੱਲਿਆ ਹੋਣਾ ਦਿਲ ਦੀ ਸ਼ਮੂਲੀਅਤ ਦੱਸਦਾ ਹੈ ਵਿਆਹ ਰੇਖਾ ਦੀ ਮੌਜੂਦਗੀ ਯਕੀਨੀ ਬਣਾਓ ਤੇ ਇਹ ਵੀ ਦੇਖੋ ਜੇ ਬ੍ਰਹਸਪਤੀ ਪਰਬਤ ਤੇ ਕ੍ਰੋਸ ਹੈ ਕਿਸਮਤ ਰੇਖਾ ਵਿੱਚ ਇੱਕੋ ਸ਼ਾਖ ਜੋ ਦਿਲਵਲ ਜਾਂਦੀ ਹੈ ਪਿਆਰ ਪੈਦਾ ਕਰਦੀ ਹੈ ਕਿਸਮਤ ਰੇਖਾ ਉਤੇ ਵਿਆਹ ਦੀ ਤਰੀਕ ਉਸੇ ਜਗ੍ਹਾ ਸਥਿਤ ਹੈ ਜਿੱਥੇ ਨੂੰ ਚੰਦਰਮਾ ਪਰਬਤ ਜਾਂ ਸ਼ੁਕਰ ਪਰਬਤ ਪਰਬਤੀ ਰੇਖਾ ਮਿਲਦੀ ਹੈ ਬੱਚੇ ਛੋਟੀ ਉਂਗਲੀ ਥੱਲੇ ਵਿਆਹ ਰੇਖਾ ਉੱਪਰ ਖੜਵੀਆਂ ਉਕਰੀਆਂ ਰੇਖਾਵਾਂ ਹਨ ਡੂੰਘੀਆਂ ਖੜਵੀਆਂ ਰੇਖਾਵਾਂ ਪੁੱਤਰਾਂ ਦੀ ਨਿਸ਼ਾਨੀ ਹਨ ਤੇ ਟੇਡੀਆਂ ਮੱਧ ਰੇਖਾਵਾਂ ਪੁੱਤਰੀਆਂ ਦੀ ਨਿਸ਼ਾਨੀ ਹੈ ਜੇ ਪ੍ਰਸਪਤੀ ਪर्वਤ ਉਤੇ ਕਰਾਸ ਉਂਗਲ ਦੀ ਜੜ ਦੇ ਬਹੁਤ ਨੇੜੇ ਹੈ ਤਾਂ ਵਿਆਹ ਜਲਦੀ ਹੋਏਗਾ ਜੇ ਪਰਬਤ ਦੇ ਵਿੱਚ ਘਾਰ ਹੈ ਤੇ ਵਿਆਹ 29 30 ਸਾਲ ਦੀ ਉਮਰ ਚ ਹੋਏਗਾ ਕਲਾਈ ਵੱਲ ਚੜਦੀ ਹੋਈ ਰੇਖਾ ਕਿਸਮਤ ਰੇਖਾ ਨਹੀਂ ਦਾ ਭਾਵ ਕਾਮਯਾਬੀ ਹੈ ਜੇ ਰੇਖਾ ਸ਼ਨੀ ਤੇ ਖਤਮ ਹੁੰਦੀ ਹੈ ਇਹਦਾ ਭਾਵ ਹੈ ਵਿਆਹ ਵੱਡੀ ਉਮਰ ਦੇ ਵਿਅਕਤੀ ਨਾਲ ਹੋਏਗਾ ਜੇ ਸੂਰਜ ਪਰਬਤ ਉੱਪਰ ਖਤਮ ਹੁੰਦੀਏ ਤੇ ਦਾ ਭਾਵ ਹੈ ਕਿ ਕਿਸੇ ਕਲਾਤਮਕ ਸੁਭਾਅ ਦੇ ਵਿਅਕਤੀ ਨਾਲ ਵਿਆਹ ਆ ਜਾਏਗਾ। ਕੀਰੋ ਦੇ ਅਨੁਸਾਰ ਵਿਆਹ ਦੀ ਰੇਖਾ ਜਾਰੇਖਾਵਾਂ ਹੱਥ ਦੇ ਪਾਸੇ ਤੋਂ ਉੱਠ ਸਕਦੀਆਂ ਹਨ। ਜਬੁੱਧ ਪਰਬਤ ਸਾਹਮਣੇ ਉੱਕਰ ਸਕਦੀਆਂ ਸਿਰਫ ਲੰਬੀਆਂ ਰੇਖਾਵਾਂ ਹੀ ਵਿਆਹ ਨਾਲ ਸੰਬੰਧਿਤ ਹੈ। ਛੋਟੀਆਂ ਡੂੰਘੇ ਪਿਆਰ ਜਾਂ ਵਿਆਹ ਦੀ ਇੱਛਾ ਨਾਲ। ਕਿਸਮਤ ਜਾਂ ਜੀਵਨ ਰੇਖਾ ਉੱਪਰ ਜੇ ਵਿਆਹ ਦੀ ਨਿਸ਼ਾਨੀ ਹੈ ਤਾਂ ਇਹਨੂੰ ਅਸੀਂ ਜੀਵਨ ਦੇ ਰੁਤਬੇ 'ਚ ਤਬਦੀਲੀ ਵੱਜੋਂ ਸੋਚਨਾ ਦਾ ਸਬਬ ਲਵਾਂਗੇ। ਬੁੱਧ ਪਰਬਤ ਉੱਤੇ ਵਿਆਹ ਰੇਖਾ ਦੀ ਸਥਿਤੀ ਤੋਂ ਵਿਆਹ ਸਮੇਂ ਉਮਰ ਦਾ ਚੰਗੀ ਤਰ੍ਹਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਜਦੋਂ ਮਹੱਤਵਪੂਰਨ ਰੇਖਾ ਦਿਲ ਰੇਖਾ ਨੂੰ ਨੇੜੇ ਪਈ ਲੱਭੇ ਤਾਂ ਵਿਅਕਤੀ 14 ਤੋਂ 21 ਦੀ ਉਮਰ ਚ ਹੋਏਗਾ ਪਰਬਤ ਦੇ ਵਿਚਕਾਰ ਹੋਈ ਕੀ ਤੋਂ 28 ਵਿੱਚ ਪਰਬਤ ਉਤੇਨ ਹਿੱਸੇ 28 ਤੋਂ 35 ਤੇ ਪਰ ਕਿਸਮਾਜਾ ਜੀਵਨ ਰੇਖਾ ਤਬਦੀਲੀ ਜਾਂ ਪ੍ਰਭਾਵ ਦੀ ਲਗਭਗ ਸਹੀ ਤਾਰੀਖ ਦੇਣ ਚ ਜ਼ਿਆਦਾ ਠੀਕ ਹੋਣੀ ਹੈ ਜਦੋਂ ਵਿਆਹ ਰੇਖਾ ਦਿਲ ਰੇਖਾ ਵੱਲ ਨੂੰ ਝੁਕਦੀ ਹੈ ਤੇ ਦੱਸਦੀ ਹੈ ਕਿ ਵਿਅਕਤੀ ਜਿਸ ਸ਼ਖਸੀਅਤ ਨਾਲ ਵਿਆਹ ਹੈ ਉਹ ਪਹਿਲਾਂ ਮਰੇਗਾ ਜਦੋਂ ਰੇਖਾ ਉੱਪਰ ਵੱਲ ਮੁੜਦੀ ਹੈ ਵਿਅਕਤੀ ਦੀ ਵਿਆਹ ਕਰਾਉਣ ਦੀ ਰੁਚੀ ਨਹੀਂ ਤੇ ਜਦੋਂ ਰੇਖਾ ਦੋ ਸ਼ਾਖਾਂ 'ਚ ਪਾਟਦੀ ਹੈ ਹੱਥ ਦੇ ਮੱਧ ਵੱਲ ਝੁਕਦੀ ਹੈ ਤੇ ਤਲਾਕ ਬਾਰੇ ਦੱਸਦੀ ਹੈ ਇਹ ਬਿਲਕੁਲ ਯਕੀਨਨ ਬਣ ਜਾਂਦਾ ਹੈ ਜੋ ਬਰੀਕ ਰੇਖਾਏ ਤੋਂ ਪਾਰ ਕਰਦੀ ਮੰਗਲ ਦੇ ਖੇਤਰ ਵੱਲ ਜਾਵੇ ਬੱਚਿਆਂ ਬਾਰੇ ਉਹ ਲਿਖਦਾ ਹੈ ਕਿ ਇੱਕ ਵਿਅਕਤੀ ਜਿਹਦਾ ਸ਼ੁਕਰ ਪਰਬਤ ਬਹੁਤ ਘੱਟ ਵਿਕਸਿਤ ਹੋਇਆ ਹੈ ਪੂਰੀ ਤਰ੍ਹਾਂ ਤੇ ਵੱਡੇ ਪਰਬਤ ਵਾਲੇ ਵਿਅਕਤੀ ਦੇ ਮੁਕਾਬਲੇ ਬੱਚੇ ਲੈਣ ਦੀ ਬਹੁਤ ਘੱਟ ਸੰਭਾਵਨਾ ਹੈ ਬੱਚਿਆਂ ਨਾਲ ਸੰਬੰਧਿਤ ਰੇਖਾਵਾਂ ਵਿਆਹ ਰੇਖਾ ਦੇ ਸਿਰੇ ਤੋਂ ਉੱਪਰ ਨੂੰ ਖੜਵੀਆਂ ਬਰੀਕ ਰੇਖਾਵਾਂ ਚੌੜੀਆਂ ਰੇਖਾਵਾਂ ਨਰ ਲਈ ਹੈ ਜਦ ਕਿ ਤੰਗ ਰੇਖਾਵਾਂ ਮਾਦਾ ਦਰਸਾਉਂਦੀ ਹੈ ਆਓ ਇਹਨਾਂ ਹੱਥ ਵਿਗਿਆਨੀਆਂ ਦੀ ਵਿਚਾਰਾਂ ਦਾ ਵਿਸ਼ਲੇਸ਼ਣ ਕਰੀਏ ਬਹੁਤ ਹੀ ਮਨਮੋਹਕ ਤੇ ਪ੍ਰਭਾਵਸ਼ਾਲੀ ਨਾਮ ਵਾਲੀ ਕਿਤਾਬ ਕਿਸਮਤ ਦੱਸਣ ਦਾ ਐਨਸਾਈਕਲੋਪੀਡੀਆ ਦਾ ਲੇਖਕ ਸਵੀਕਾਰ ਕਰਦਾ ਹੈ ਕਿ ਅੱਜ ਕੱਲ ਦੇ ਨਵੇਂ ਹੱਥ ਰੇਖਾ ਮਾਹਿਰ ਵਿਆਹ ਰੇਖਾ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਕਿਉਂ ਅਸਲੀਅਤ ਇਹ ਹੈ ਕਿ ਵਿਆਹ ਬਾਰੇ ਕੋਈ ਵੀ ਅੰਦਾਜ਼ਾ ਲਾਉਣ ਚ ਪੂਰੀ ਤਰ੍ਹਾਂ ਫੇਲ ਹੋਈ ਹੈ ਗਾਹਕ ਉਤਸੁਕਤਾ ਨਾਲ ਆਪਣੇ ਵਿਆਹ ਬਾਰੇ ਖਾਸ ਸਵਾਲ ਪੁੱਛਦੇ ਹੈ ਹੱਥ ਰੇਖਾ ਵਿਅਕਤੀ ਹੱਥ ਰੇਖਾ ਵਿਗਿਆਨੀ ਵਿਅਕਤੀ ਦੇ ਵਿਆਹਤਾ ਜੀਵਨ ਜਾਂ ਪਿਆਰ ਦੇ ਮਾਮਲਿਆਂ ਦੇ ਭੂਤ ਵਰਤਮਾਨ ਜਾਂ ਭਵਿੱਖ ਬਾਰੇ ਅਜੇ ਅੰਦਾਜ਼ੇ ਨਹੀਂ ਪੜ ਸਕਦਾ ਜਿਸ ਨੂੰ ਕਿ ਅਸਲੀਅਤ ਵਿੱਚ ਵਰਣਨ ਕੀਤਾ ਜਾ ਸਕੇ ਕਿਉਂਕਿ ਸਾਡੀ ਸਾਰੀ ਜ਼ਿੰਦਗੀ ਵਿਆਹਤਾ ਜੀਵਨ ਦੇ ਆਲੇ-ਕੋਮ ਦੀ ਹੈ ਨਵੇਂ ਵਿਗਿਆਨ ਹੱਥ ਰੇਖਾ ਮਹਾਰ ਜੀਵਨ ਦੀ ਸਭ ਤੋਂ ਮਹੱਤਵਪੂਰਨ ਘਟਨਾ ਤੋਂ ਕਿਉਂ ਟਲਦੀ ਹੈ ਹੱਥ ਰੇਖਾ ਵਿਗਿਆਨੀ ਡਾਕਟਰ ਮਰੀਆ ਜੋ ਹੱਥ ਰੇਖਾ ਦੇ ਵਿਗਿਆਨਕ ਹੋਣ ਦੀ ਵਕਾਲਤ ਕਰਦੀ ਹੈ ਇਹ ਕਹਿੰਦੇ ਹੋਏ ਨਵੀਂ ਦਿਸ਼ਾ ਦਿੰਦੀ ਹੈ ਕਿ ਵਿਆਹ ਰਖਾਵਾਂ ਕੰਮ ਤੇ ਵਿਅਕਤੀ ਜੀਵਨ ਵਿੱਚ ਭਾਵਨਾਤਮਕ ਸਬੰਧਾਂ ਤੇ ਆਮ ਕਰਕੇ ਵਿਅਕਤੀਗਤ ਸਬੰਧਾਂ ਦੀ ਨਿਸ਼ਾਨੀ ਹੁੰਦੀ ਹੈ ਡਾਕਟਰ ਮਰੀਆ ਅਨੁਸਾਰ ਕੰਮ ਦੇ ਸਬੰਧਾਂ ਤੇ ਪਤਨੀ ਨਾਲ ਸਬੰਧਾਂ 'ਚ ਕੋਈ ਫਰਕ ਨਹੀਂ ਵਿਆਹ ਬਿਲਕੁਲ ਹੀ ਵਿਅਕਤੀਗਤ ਮਾਮਲਾ ਹੈ ਇਹ ਤੋਂ ਅੱਗੇ ਉਹ ਕਹਿੰਦੀ ਹੈ ਕਿ ਉਹ ਵਿਅਕਤੀ ਜਿਨ੍ਹਾਂ ਦੇ ਇਹ ਰੇਖਾਵਾਂ ਹੁੰਦੀਆਂ ਦੂਜਿਆਂ ਪ੍ਰਤੀ ਬਹੁਤ ਹੀ ਦੁੰਗਾਈ ਭਰਿਆ ਪਿਆਰ ਕਰਨ ਦੇ ਯੋਗ ਹੁੰਦੇ ਆ ਪਿਆਰ ਤੇ ਦਿਆਲਤਾ ਉਹਨਾਂ ਦੀ ਸ਼ਖਸੀਅਤ ਦੇ ਬਹੁਤ ਹੀ ਮਹੱਤਵਪੂਰਨ ਪਹਿਲੂ ਹੁੰਦੇ ਆ ਵਿਆਹ ਰੇਖਾ ਦੀ ਅਨਹੋਂਦ ਘਾਟੀ ਲੱਭਦੀ ਹੈ ਮੈਂ ਹਜ਼ਾਰਾਂ ਹੱਥਾਂ ਨੂੰ ਵੇਖਣ ਪੇਚੇ ਦੋ ਤਿੰਨ ਹੀ ਮਜ਼ਦੂਰ ਮਕੈਨਿਕਲ ਕਾਮਿਆਂ ਦੇ ਸੱਜੇ ਹੱਥ ਉੱਤੇ ਵਿਆਹ ਰੇਖਾ ਦੀ ਅਨਹੋਂਦ ਵੇਖੀ ਜਦਕਿ ਖੱਬੇ ਹੱਥਾਂ ਉੱਪਰ ਮੱਧਮ ਤੇ ਛੋਟੀ ਜੀ ਰੇਖਾ ਸੀ ਉਨ੍ਹਾਂ ਵਿੱਚੋਂ ਇੱਕ ਫੋਰਮੈਨ ਸੀ ਦੂਜਾ ਤਜਰਬੇਕਾਰ ਮਕੈਨਿਕ ਤੇ ਦੋਨੋਂ ਹੀ ਪਿਆਰ ਵਿਆਹ ਚ ਸਫਲ ਸਨ 99% ਲੋਕਾਂ ਦੇ ਵਿਆਹ ਰੇਖਾ ਜਾਂ ਰੇਖਾਵਾਂ ਨਹੀਂ ਹੁੰਦੀਆਂ ਇਹਦੇ 'ਚ ਭੋਰਾ ਵੀ ਸੱਚਾਈ ਨਹੀਂ ਕਿ ਸਾਰੇ ਦੂਜਿਆਂ ਪ੍ਰਤੀ ਤੁੰਗਾਈ ਭਰਿਆ ਪਿਆਰ ਕਰਨ ਦੇ ਯੋਗ ਹੁੰਦੇ ਐ ਹੱਥ ਰੇਖਾ ਮਹਾਰ ਦੂਜੇ ਪ੍ਰਤੀ ਪਿਆਰ 'ਚ ਕਿਵੇਂ ਫਰਕ ਲੱਭਦਾ ਹੈ ਮਦਰ ਟੈਰੇਸਾ ਤੇ ਭਗਤਪੂਰਨ ਸਿੰਘ ਦੀ ਸਥਿਤੀ ਵਿੱਚ ਜਿਨ੍ਹਾਂ ਦੀਆਂ ਸਧਾਰਨ ਵਿਆਹ ਰੇਖਾਵਾਂ ਹਨ ਪਰ ਦੋਨੇ ਵਿਆਹੇ ਨਹੀਂ ਹਾਇਏ ਹੱਥ ਰੇਖਾ ਮਾਹਰਿਕਾਮ ਵਿਅਕਤੀ ਦੇ ਪਿਆਰ ਤੇ ਇਹਨਾਂ ਦੋਨਾਂ ਦੇ ਮਨੁੱਖਤਾ ਪ੍ਰਤੀ ਪਿਆਰ ਚ ਕਿਵੇਂ ਫਰਕ ਲੱਗੇਗਾ ਦੂਜਿਆਂ ਉੱਤੇ ਨਿਰਭਰਤਾ ਤੇ ਦੂਜਿਆਂ ਪ੍ਰਤੀ ਜ਼ਿੰਮੇਵਾਰੀ ਦੀ ਸੇਵਾ ਡਾਕਟਰ ਮਰੀਆ ਨੇ ਗੱਲ ਕੀਤੀ ਹੈ ਸਿਰਫ ਬੱਚਿਆਂ ਨਾਲ ਹੀ ਸਬੰਧਤ ਨਹੀਂ ਸਗੋਂ ਮਾਂ-ਬਾਪ ਨਾਲ ਵੀ ਸਬੰਧਤ ਹੈ ਉਹਨਾਂ ਦੇਸ਼ਾਂ ਵਿੱਚ ਜਿੱਥੇ ਸਰਕਾਰਾਂ ਬੁੱਢਾਪਾ ਪੈਨਸ਼ਨ ਦੇਣ ਲਈ ਸਮਰੱਥ ਨਹੀਂ ਨੌਜਵਾਨ ਤੇ ਬੱਚੇ ਹੀ ਮਾਂ-ਬਾਪ ਦੀ ਦੇਖਭਾਲ ਕਰਦੇ ਹੈ ਉਹਨਾਂ ਲਈ ਕੋਈ ਹੋਰ ਬਦਲਵਾਂ ਸਾਧਨ ਨਹੀਂ ਮਹੱਤਵਪੂਰਨ ਨੁਕਤਾ ਇਥੇ ਹੈ ਕਿ ਵਿਅਕਤੀ ਬੱਚਿਆਂ ਦੀ ਵੱਧਦੀ ਆਤਮ ਨਿਰਭਰਤਾ ਨਾਲੋਂ ਮਾਪਿਆਂ ਦਾ ਵੱਧਾ ਬੇਸਹਾਰਾਪਨ ਜ਼ਿਆਦਾ ਧਿਆਨ ਮੰਗਦਾ ਹੈ। ਮੇਰੀ ਖੋਜ ਦੇ ਦੋਨੋਂ ਕੋਸ਼ਿਸ਼ਾਂ ਅਭਿਆਸ ਲਈ ਨਾਕਾਮਯਾਬ ਹਨ। ਜੇ ਕੋਈ ਵੀ ਬੱਚੇ ਦੇ ਜਨਮ ਤੋਂ ਪਹਿਲਾਂ ਹੱਥ ਰੇਖਾਵਾਂ ਪੜ੍ਹ ਕੇ ਲਿੰਗ ਦੱਸਣ ਬਾਰੇ ਦਾਵਾ ਕਰਦਾ ਹੈ, ਤਾਂ ਇੱਕੋ ਸਮੇਂ ਵੀ ਬੱਚਿਆਂ ਦਾ ਲਿੰਗ ਦੱਸਣ ਵਿੱਚ ਆਪਣੀ ਯੋਗਤਾ ਪਰਖਣ ਲਈ ਮੇਰਾ ਇਨਾਮ ਸਵੀਕਾਰ ਕਰ ਸਕਦਾ ਹੈ। ਹੱਥ ਰੇਖਾ ਪੜਨ ਦੇ ਬਹੁਤ ਸਾਰੇ ਨਿਯਮਾਂ 'ਚ ਹੈਂਡਰੀ ਫ੍ਰਿਥ ਕੇਰੇ ਦਾਇ ਅਨੁਸਰਣ ਕਰਦਾ ਹੈ। ਜੇ ਮੈਂ ਕੁਝ ਹੋਰ ਹੱਥ ਰੇਖਾ ਵਿਗਿਆਨੀਆਂ ਦੇ ਵਿਚਾਰ ਪੇਸ਼ ਕਰਾਂ ਤਾਂ ਇੱਕ ਵਿਅਕਤੀ ਰੇਖਾਵਾਂ ਦਾ ਤੀਗਤ ਵਰਣਨ ਸੌਖ ਨਾਲ ਹੀ ਮਹਿਸੂਸ ਕਰ ਸਕਦਾ ਹੈ ਪਿੱਛੇ ਅਸੀਂ ਇੱਕੋ ਨੁਕਤੇ ਉੱਤੇ ਖਿਆਲਾਂ ਦਾ ਵਖਰੇਵਾ ਵੇਖਿਆ ਇੱਥੇ ਵਰਣਨ ਕੀਤੇ ਸਾਰੇ ਹੱਥ ਰੇਖਾ ਮਾਹਰ ਤੇ ਦੂਜੇ ਜਿਹੜੇ ਵਰਣਨ ਨਹੀਂ ਕੀਤੇ ਆਪਣੇ ਆਪ ਨੂੰ ਵਿਗਿਆਨਕ ਹੱਥ ਰੇਖਾ ਪੜਨਦੇ ਵਿਗਿਆਨੀ ਸਮਝਦੇ ਹੈ ਭਾਵੇਂ ਕਿ ਉਹ ਵਿਅਕਤੀਗਤ ਅਣਵਿਹਾਰਿਕ ਤੇ ਗੈਰ ਵਿਗਿਆਨਕ ਢੰਗ ਹੀ ਵਰਤਦੇ ਹੈ ਮੈਂ ਹੈਂਡਰੀ ਫ੍ਰਿਥ ਤੇ ਕਿਰੋ ਦੁਆਰਾ ਅਭਿਆਸ ਕੀਤੇ ਨਿਯਮਾਂ ਦੀ ਚੀਰ-ਫਾੜ ਜਿਉਂਦੇ ਵਿਅਕਤੀਆਂ ਦੇ ਹੱਥਾਂ ਤੇ ਛਾਪੇ ਪੇਸ਼ ਕਰਕੇ ਹੀ ਕਰਾਂਗਾ ਮੈਂ ਹੱਥ ਰੇਖਾ ਪੜਨ ਦੇ ਕੁਝ ਗੈਰ ਵਿਹਾਰਕ ਤੇ ਹਨੇਰੇ ਪੱਖਾਂ ਤੇ ਜਾਣਨਾ ਪਾਉਣਾ ਚਾਹਾਂਗਾ ਮੁਸਲਮ ਸਭਿਆਚਾਰ ਚ ਪੁਰਸ਼ਾਂ ਨੂੰ ਇੱਕੋ ਸਮੇਂ ਚਾਰ ਪਤਨੀਆਂ ਰੱਖਣ ਦੀ ਕਾਨੂੰਨੀ ਧਾਰਮਿਕ ਇਜਾਜ਼ਤ ਹੈ ਤਾਂ ਹੀ ਭਾਰਤ ਵਿੱਚ ਮੁਸਲਮਾਨ ਭਾਈਚਾਰੇ ਲਈ ਵੱਖਰਾ ਕਾਨੂੰਨ ਹੈ ਤੇ ਹਿੰਦੂ ਭਾਈਚਾਰੇ ਲਈ ਵੱਖਰਾ ਅਰਬ ਦੇਸ਼ਾਂ ਦੇ ਅਮੀਰ ਸ਼ੇਖ ਅੱਜ ਵੀ ਇੱਕ ਤੋਂ ਜ਼ਿਆਦਾ ਇਸਤਰੀਆਂ ਨਾਲ ਵਿਆਹ ਕਰਾਉਂਦੇ ਆ ਉਹ ਅਮੀਰ ਹੋਣ ਕਰਕੇ ਸੌਖਿਆ ਇਹ ਭਾਰ ਚੁੱਕ ਸਕਦੇ ਆ ਇਥੋਂ ਤੱਕ ਕਿ ਹਿੰਦੂ ਪਰਿਵਾਰਾਂ ਵਿੱਚ ਵੀ ਜਦੋਂ ਇੱਕ ਪਤਨੀ ਬੱਚਾ ਪੈਦਾ ਕਰਨ ਦੇ ਅਸਮਰਥ ਹੁੰਦੀ ਹੈ ਉਹਦਾ ਪਤੀ ਔਲਾਦ ਲਈ ਖੋਰ ਵਿਆਹ ਕਰਵਾ ਲੈਂਦਾ ਦੋਵੇਂ ਪਤਨੀਆਂ ਇਕੱਠੀਆਂ ਰਹਿੰਦੀਆਂ ਇਹ ਰਿਵਾਜ ਅੱਜ ਵੀ ਪ੍ਰਚਲਿਤ ਹੈ ਮੈਂ ਖੁਦ ਅਜਿਹੇ ਵਿਅਕਤੀਆਂ ਨੂੰ ਜਾਣਦਾ ਜਿਹੜੇ 3 ਜਾਂ 4 ਵਿਆਹ ਕਰਾ ਚੁੱਕਿਆ ਜਿਹੀਆਂ ਸਥਿਤੀਆਂ 'ਚ ਮੈਂ ਕਦੇ ਵੀ ਅਜਿਹਾ ਵਿਅਕਤੀ ਨਹੀਂ ਲੱਭ ਸਕਿਆ ਜਿਦੇ 2 ਜਾਂ 4 ਵਿਆਹ ਰੇਖਾਵਾਂ ਹੋਣ ਜਾਂ ਕਿਸੇ ਹੋਰ ਰੇਖਾ ਉੱਤੇ ਵਿਆਹ ਦੇ ਚਿੰਨ ਮਿਲਦੇ ਹੋ। ਮੈਂ ਅਜਿਹੇ ਬਹੁਤ ਸਾਰੇ ਪੁਰਸ਼ਾਂ ਤੇ ਇਸਤਰੀਆਂ ਨੂੰ ਜਾਣਦਾ ਜਿਨ੍ਹਾਂ ਸਿਰਫ ਇੱਕ ਵਾਰੀ ਵਿਆਹ ਕਰਵਾਇਆ ਪਰ ਉਹਨਾਂ ਦੇ ਹੱਥਾਂ ਤੇ ਦੋ 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 ਇੱਕੋ ਜਿਹੀਆਂ ਲੰਮੀਆਂ ਰੇਖਾਵਾਂ ਮੌਜੂਦ ਹੈ। ਪ੍ਰਾਚੀਨ ਭਾਰਤ ਵਿੱਚ ਰਾਜੇ ਮਹਾਰਾਜੇ ਆਮ ਕਰਕੇ ਦਰਜਨਾ ਰਾਣੀਆਂ ਨਾਲ ਵਿਆਹ ਕਰਾਉਂਦੇ ਸੀ। ਇਤਿਹਾਸ ਗਵਾ ਇੱਕ ਪਟਿਆਲਾ ਰਿਆਸਤ ਦਾ ਮਹਾਰਾਜਾ ਕਈ ਸੈਂਕੜੇ ਰਾਣੀਆਂ ਨਾਲ ਵਿਆਹਿਆ ਸੀ ਤੇ ਜਦੋਂ ਵੀ ਉਹਨੇ ਨੌਜਵਾਨ ਸੁੰਦਰ ਲੜਕੀ ਵੇਖੀ ਉਹ ਨੂੰ ਮਹਿਲਾਂ ਚ ਲੈ ਆਇਆ ਉਹਨੇ ਸਾਰੀ ਉਮਰ ਉੱਥੇ ਹੀ guzari ਉਹਦੇ ਸੈਂਕੜੇ ਵਿਆਹ ਰੇਖਾਵਾਂ ਹੋਣੀਆਂ ਚਾਹੀਦੀਆਂ ਸੀ ਤੇ ਅਸਲੀਅਤ ਵਿੱਚ ਸੰਭਵ ਨਹੀਂ ਅਸੀਂ 90 ਸਾਲ ਉਮਰ ਦੀਆਂ ਕੁਆਰੀਆਂ ਇਸਾਈ ਭਿਕਸ਼ਣੀਆਂ ਦੇ ਉਦਾਹਰਨ ਸਾਡੇ ਸਾਹਮਣੇ ਹੈ ਜਿਨ੍ਹਾਂ ਦੇ 2-3 ਵਿਆਹ ਰੇਖਾਵਾਂ ਹੁੰਦੀਆਂ ਇਸੇ ਤਰ੍ਹਾਂ ਨੂੰ ਜਨਮ ਤੋਂ ਹੀ ਪਾਗਲ ਵਿਅਕਤੀ ਜਿਹੜੇ ਵਿਆਹ ਜਾਂ ਪਿਆਰ ਬਾਰੇ ਕਦੇ ਸੋਚ ਵੀ ਨਹੀਂ ਸਕਦੇ ਉਹਨਾਂ ਦੇ ਵੀ ਇੱਕ ਦੋ ਵਿਆਹ ਰੇਖਾਵਾਂ ਹੁੰਦੀਆਂ ਪੰਜਾਬੀ ਸੱਭਿਆ ਪੱਛਮੀ ਸੱਭਿਆਚਾਰ ਜਿੱਥੇ ਜ਼ਿਆਦਾ ਸੱਭਿਅਕ ਤੇ ਗਾਂਵਧੂ ਵਿਚਾਰ ਵਿਆਹ ਜਾਂ ਪਿਆਰ ਲਈ ਵਰਤੇ ਜਾਂਦੇ ਜੋੜੇ ਅਕਸਰ ਕਾਫੀ ਲੰਬੇ ਸਮੇਂ ਤੱਕ ਪਿਆਰ ਕਰਦੇ ਹੈ ਇਕੱਠੇ ਰਹਿੰਦੇ ਆ ਭਾਵੇਂ ਵਿਆਹ ਦੀ ਧਾਰਮਿਕ ਜਾਂ ਕਾਨੂੰਨੀ ਰਸਮ ਉਹਨਾਂ ਪੂਰੀ ਕੀਤੀ ਹੈ ਜਾਂ ਨਹੀਂ ਇਸ ਲਈ ਉੱਥੇ ਵੀ ਵਿਆਹ ਰੇਖਾ ਦੇ ਨਿਯਮ ਲਾਗੂ ਨਹੀਂ ਹੁੰਦੇ ਲੋਕ ਜਿਹੜੇ ਕਈ ਗੈਰ ਧਾਰਮਿਕ ਤੇ ਗੈਰ ਕਾਨੂੰਨੀ ਸਬੰਧ ਰੱਖਦੇ ਆ ਜਾਂ ਇਥੋਂ ਤੱਕ ਕਿ ਪਿਆਰ ਕਾਨੂੰਨ ਤੇ ਧਰਮ ਦੁਆਰਾ ਪ੍ਰਮਾਣਿਤ ਵੀ ਹੋਵੇ ਤਾਂ ਵੀ ਉਹਨਾਂ ਦੀ ਵਿਆਹ ਰੇਖਾ ਜਾਂ ਰੇਖਾਵਾਂ ਨਾਲ ਮੇਲ ਨਹੀਂ ਖਾਂਦੇ ਇਹ ਕਾਮ ਵਿਅਕਤੀ ਵੀ ਅਜਿਹੀ ਅਸਲੀਅਤ ਆਪਣੇ ਦੁਆਲੇ ਦੇਖ ਸਕਦਾ ਹੈ ਇਸ ਲਈ ਇਹ ਸਾਫ਼ ਹੈ ਕਿ ਹਥੇਲੀ ਦੀਆਂ ਰੇਖਾਵਾਂ ਤੇ ਸਾਡੇ ਜੀਵਨ ਦੀ ਅਸਲ ਘਟਨਾਵਾਂ 'ਚ ਕੋਈ ਸਬੰਧ ਨਹੀਂ ਸੰਸਾਰ ਪ੍ਰਸਿੱਧ ਐਕਟ੍ਰੈਸ ਯਾਜ਼ ਯਾ ਯਾ ਗੈਬਰੂ ਦੇ ਅੱਠ ਵਿਆਹ ਹੋਏ ਪਰ ਵਿਆਹ ਦੀ ਇੱਕ ਹੀ ਰੇਖਾ ਉਹਦੇ ਹੱਥ ਵਿੱਚ ਸੀ ਕਿਸਮਤ ਰੇਖਾ ਦਾ ਫਲਾਦੇਸ਼ ਤੇ ਪੜਤਾਲ ਕਿਸਮਤ ਦੱਸਣ ਦੇ ਸਾਰੇ ਢਾਂਗੀ ਬੱਚਿਆਂ ਇਸਤਰੀਆਂ ਤੇ ਪੁਰਸ਼ਾਂ ਦਾ ਭੂਤ ਵਰਤਮਾਨ ਤੇ ਭਵਿੱਖ ਮਿਲਣ ਦਾ ਦਾਵਾ ਕਰਦੇ ਹਨ ਹੱਥ ਰੇਖਾ ਪੜਨ ਵਿੱਚ ਕਿਸਮਤ ਰੇਖਾ ਹੱਥ ਰੇਖਾ ਮਾਹਰ ਤੇ ਗਾਕ ਦੋਨਾਂ ਲਈ ਮਹੱਤਵਪੂਰਨ ਹੈ ਜਦੋਂ ਲੋਕ ਕਿਸਮਤ ਦੱਸਣ ਵਾਲੇ ਕੋਲ ਜਾਂਦੇ ਆ ਉਸੇ ਬਾਰੇ ਪੁੱਛਣ ਬਾਰੇ ਕੋਈ ਚਿੰਤਾ ਨਹੀਂ ਕਰਦੇ ਜਿਸ ਉੱਪਰ ਜੀਵਨ ਦੀ ਸਾਰੀ ਕਾਮਯਾਬੀ ਨਿਰਭਰ ਕਰਦੀ ਹੈ ਪਰ ਉਹ ਆਪਣੀ ਕਿਸਮਤ ਬਾਰੇ ਬੜੀ ਉਤਸੁਕਤਾ ਨਾਲ ਪੁੱਛਦੇ ਹੈ ਕਿਸਮਤ ਰੇਖਾ ਨੂੰ ਦੁਨਿਆਵੀ ਮਾਮਲਿਆਂ 'ਚ ਕਾਮਯਾਬੀ ਦੀ ਰੇਖਾ ਵੀ ਕਿਹਾ ਜਾਂਦਾ ਹੈ ਭਾਰਤੀ ਹੱਥ ਰੇਖਾ ਮਾਹਰ ਐਮ ਸੀ ਕਾਲ ਦੇ ਵਿਚਾਰ ਵਿੱਚ ਕਿਸਮਤ ਰੇਖਾ ਵਿਅਕਤੀਆਂ ਦੀ ਜੀਵਨ ਧਾਰਾ ਬਾਰੇ ਦੱਸਦੀ ਹੈ ਜੀਵਨ ਪਦਾਰਥਕ ਤਰੱਕੀ ਦਾ ਸਥਿਰ ਬਿੰਦੂ ਖੋਲਦਾ ਤੇ ਦਿਖਾਉਂਦਾ ਹੈ ਕਿ ਉਹਨੂੰ ਆਪਣੇ ਢੰਗ ਬਣਾਉਣੇ ਚਾਹੀਦੇ ਹੈ ਕਿ ਉਹ ਅੱਖੇ ਵੇਲੇ ਵੇਖੇਗਾ ਜਾਂ ਜ਼ਿੰਦਗੀ ਸੌਖੀ ਹੀ ਕੱਟ ਜਾਏਗੀ ਕੀਰੋ ਵੱਖਰੀ ਤਰ੍ਹਾਂ ਵਿਚਾਰ ਪੇਸ਼ ਕਰਦਾ ਠੀਕ ਤਰ੍ਹਾਂ ਬੋਲਦੇ ਹੋਏ ਕਿਸਮਤ ਰੇਖਾ ਸਾਡੀ ਕਾਮਯਾਬੀ ਜਾਂ ਫੇਲ ਹੋਣਾ ਉਹ ਲੋਕ ਜੋ ਸਾਡੇ ਕੈਰੀਅਰ ਨੂੰ ਪ੍ਰਭਾਵਿਤ ਕਰਦੇ ਹੈ ਚਾਹੇ ਅਜੇ ਪ੍ਰਭਾਵ ਲਾਭਕਾਰੀ ਹੋਣ ਜਾਂ ਨੁਕਸਾਨਦੇ ਵਰਗੇ ਦੁਨੀਆਵੀ ਮਾਮਲਿਆਂ ਨਾਲ ਸੰਬੰਧਿਤ ਹੈ ਆਓ ਅਸੀਂ ਬਹੁਤ ਸਾਰੇ ਹੱਥ ਰੇਖਾ ਪੜਨ ਵਾਲਿਆਂ ਦੁਆਰਾ ਵਰਤੇ ਜਾਂਦੇ ਕਿਸਮਤ ਰੇਖਾ ਦੇ ਕੁਝ ਨਿਯਮਾਂ ਦਾ ਮੁਲਾਂਕਣ ਕਰੀਏ ਕੀਰੋ ਹੱਥ ਰੇਖਾ ਪੜਨ ਦੀ ਦੁਨੀਆ 'ਚ ਬਹੁਤ ਹੀ ਪ੍ਰਭਾਵਸ਼ਾਲੀ ਸ਼ਖਸੀਅਤ ਦਾਵਾ ਕਰਦਾ ਹੈ ਕਿ ਜਦੋਂ ਕਿਸਮਤ ਰੇਖਾ ਦਿਮਾਗ ਰੇਖਾ ਉੱਤੇ ਇੱਕਦਮ ਰੁਕਦੀ ਹੈ ਤਾਂ ਸਫਲਤਾ ਕੁਝ ਮੂਰਖਤਾ ਜਾਂ ਦਿਮਾਗ ਦੀ ਗਲਤੀ ਨਾਲ ਤਬਾਹ ਹੋ ਜਾਏਗੀ। ਗਲਤੀਆਂ ਕਦੇ ਮੂਰਖਤਾ ਨਾਲ ਕਦੇ ਲਾਪਰਵਾਹੀ ਨਾਲ ਜਾਂ ਕਦੇ ਤਜਰਬੇ ਦੀ ਘਾਟ ਕਰਕੇ ਵਾਪਰਦੀਆਂ। ਸਾਡੇ ਜੀਵਨ 'ਚ ਗਲਤੀਆਂ ਦਾ ਕਿਸੇ ਰੇਖਾ ਜਾਂ ਰੇਖਾਵਾਂ ਨਾਲ ਕੋਈ ਸਬੰਧ ਨਹੀਂ। ਜਦੋਂ ਕਿਸਮਤ ਰੇਖਾ ਦਿਮਾਗ ਨਾਲ ਰੁਕਦੀ ਨਹੀਂ ਤਕੀਏ ਦਾ ਭਾਵ ਸੀ ਵੱਡੀ ਗਲਤੀ ਨਹੀਂ ਕਰਾਂਗੇ ਲੋਕ ਕਦੇ ਵੀ ਵੱਡੀ ਗਲਤੀ ਕਰ ਸਕਦੇ ਆ ਜਦੋਂ ਵੀ ਆਪਣੇ ਕੰਮ 'ਚ ਬੇਧਿਆਨੀ ਹੁੰਦੇ ਆ ਜਦੋਂ ਵੀ ਤੁਸੀਂ ਬੇਧਿਆਨੀ ਨਾਲ ਕਾਰ ਚਲਾਓਗੇ ਉਸੇ ਵਕਤ ਤੁਸੀਂ ਆਪਣੇ ਆਪ ਨੂੰ ਮਾਰ ਸਕਦੇ ਹੋ ਇੱਕ ਡਾਕਟਰ ਲਾਪਰਵਾਹੀ ਨਾਲ ਲਾਇਟ ਟੀਕੇ ਨਾਲ ਮਰੀਜ਼ ਨੂੰ ਮਾਰ ਸਕਦਾ ਹੈ ਇੱਕ ਮੈਨੇਜਰ ਆਪਣੀ ਯੋਜਨਾ 'ਚ ਕਦੇ ਵੀ ਵੱਡੀ ਗਲਤੀ ਕਰ ਸਕਦਾ ਹੈ ਨਤੀਜੇ ਵਜੋਂ ਆਪਣੀ ਨੌਕਰੀ ਗਵਾ ਸਕਦਾ ਹੈ ਮਾਲਕ ਦੇ ਪੈਸੇ ਗਵਾ ਸਕਦਾ ਹੈ ਅਜੇ ਹੀ ਕੋਈ ਗੱਲ ਨਹੀਂ ਕਿ ਉਹਦੀ ਰੇਖਾ ਚੰਗੀ ਹੈ ਜਾਂ ਟੁੱਟੀ ਹੈ ਜਾਂ ਰੇਖਾ ਤੋਂ ਬਿਨਾਂ ਜਾਂ ਰੇਖਾ ਦਿਮਾਗ ਰੇਖਾ ਨਾਲ ਰੁਕਦੀ ਹੈ ਜੀਵਨ ਗਲਤੀਆਂ ਨਾਲ ਭਰਿਆ ਹੋਇਆ ਹੈ ਤਜਰਬੇ ਕਰ ਲੋਕ ਬਿਨਾਂ ਤਜਰਬੇ ਕਰਾਂ ਤੋਂ ਘੱਟ ਗਲਤੀਆਂ ਕਰਦੇ ਹੈ ਹਰ ਇੱਕ ਵਿਅਕਤੀ ਤਜਰਬੇ ਤੋਂ ਹੀ ਸਿੱਖਦਾ ਹੈ ਫਿਰ ਵੀ ਗਲਤੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਇਹੀ ਜ਼ਿੰਦਗੀ ਹੈ ਕੋਈ ਵੀ ਸੰਪੂਰਨ ਨਹੀਂ ਹੁੰਦਾ ਜਦੋਂ ਕਿਸਮਤ ਰੇਖਾ ਦਿਲ ਰੇਖਾ ਦੁਆਰਾ ਰੁਕੇਗੀ ਤਾਂ ਸਫਲਤਾ ਪਿਆਰ ਦੁਆਰਾ ਤਬਾਹ ਹੋਏਗੀ ਕੀਰੋ ਅਨੁਸਾਰ ਇਸ ਬਾਰੇ ਮੈਂ ਪਹਿਲਾਂ ਹੀ ਵਰਨਣ ਕਰ ਚੁੱਕਿਆ ਕਿ ਸਾਡੀਆਂ ਸਾਰੀਆਂ ਭਾਵਨਾਵਾਂ ਪਿਆਰ, ਘਿਰਨਾ, ਉਦਾਸੀ, ਖੁਸ਼ੀ, ਦਇਆਲਤਾ, ਹੁਲਾਰਾ ਆਦ ਸਾਡੇ ਦਿਮਾਗ ਚੋਂ ਪੈਦਾ ਹੁੰਦੇ ਆ। ਇਹ ਅਸਲੀਅਤ ਕਿ ਸਾਡੇ ਸਰੀਰ ਦਾ ਪੰਪ, ਸਾਡੀ ਕਾਮਯਾਬੀ ਜਾਂ ਨਾਕਾਮ ਕਾਮਯਾਬੀ ਤੇ ਅਸਰ ਪਾਉਂਦਾ ਕੋਈ ਝਗੜੇ ਵਾਲੀ ਗੱਲ ਨਹੀਂ ਹੈ। ਇਸ 'ਚ ਕੋਈ ਸੱਚਾਈ ਨਹੀਂ ਕਿ ਗਲਤੀ ਹੋਈ ਹੈ ਕਿਉਂਕਿ ਕਿਸਮਤ ਰੇਖਾ, ਦਿਲ ਰੇਖਾ ਦੁਆਰਾ ਰੁਕਦੀ ਹੈ। ਇਥੋਂ ਤੱਕ ਅਜਿਹੀਆਂ ਬਹੁਤ ਸਾਰੀਆਂ ਹਾਲਤਾਂ ਮੈਂ ਬਿਨਾਂ ਕਿਸੇ ਅਜਿਹੀ ਘਟਨਾ ਤੋਂ ਦੇਖੀਆਂ। ਕੀਰੋ ਨੇ ਗਿਣਿਆ ਕਿ ਦਿਲ ਰੇਖਾ ਤੇ ਕਿਸਮਤ ਰੇਖਾ 45 ਸਾਲ ਦੀ ਉਮਰ ਤੀ ਮਿਲਦੀ ਹੈ ਜਦੋਂ ਕਿ ਬਹੁਤ ਸਾਰੀਆਂ ਘਟਨਾਵਾਂ ਇਹ ਤੋਂ ਪਹਿਲਾਂ ਜਾਂ ਪਿੱਛੇ ਹੀ ਵਾਪਰਦੀਆਂ ਜਦੋਂ ਕਿਸਮਤ ਰੇਖਾ ਟੁੱਟੀ ਹੋਵੇ ਜਾਂ ਲਗਾਤਾਰ ਨਾ ਹੋਵੇ ਤਾਂ ਭਵਿੱਖ ਬੇਯਕੀਨਾ ਹੋਏਗਾ ਕਾਮਯਾਬੀ ਚ ਉਤਰਾ ਚੜਾ ਧੁੱਪ ਛਾਂ ਨਾਲ ਭਰਿਆ ਪਰ ਜੇ ਰੇਖਾ ਦਾ ਦੂਜਾ ਪਾਸਾ ਪਹਿਲਾਂ ਹੀ ਪਹਿਲੇ ਹਿੱਸੇ ਦੇ ਖਤਮ ਹੋਣ ਤੋਂ ਪਹਿਲਾਂ ਸ਼ੁਰੂ ਹੋਵੇ ਇਹ ਜੀਵਨ ਚ ਪੂਰੀ ਤਬਦੀਲੀ ਦਾ ਸੰਕੇਤ ਹੈ ਕਿਸੇ ਵੀ ਰੇਖਾ ਦਾ ਟੁੱਟਿਆ ਹੋਣਾ ਮਾੜੀ ਕਿਸਮਤ ਦੀ ਨਿਸ਼ਾਨੀ ਹੈ ਕੀਰੋ ਅਨੁਸਾਰ ਇਹ ਨਿਯਮਿਕ ਕਲਪਿਤ ਵਿਚਾਰ ਹੈ ਅਸਲੀਅਤ 'ਚ ਇਹ ਕਦੇ ਵੀ ਲਾਗੂ ਨਹੀਂ ਹੋ ਸਕਿਆ ਇਸ ਧਰਤੀ ਗ੍ਰਹਿ ਉਤੇ ਕੋਈ ਵੀ ਵਿਅਕਤੀ ਆਪਣੇ ਭਵਿੱਖ ਬਾਰੇ ਯਕੀਨੀ ਨਹੀਂ ਸਾਰਿਆਂ ਦੇ ਜੀਵਨ ਹੀ ਬੇਯਕੀਨੀਆਂ ਅਸੁਰੱਖਿਆਵਾਂ ਸੰਭਾਵਨਾਵਾਂ ਨਾਲ ਚੱਲਦੇ ਆ ਧਰਮਾਂ ਕਰਮਾਂ ਵਰਮਾਂ ਬਾਰੇ ਸਾਰੇ ਉੱਚੀਆਂ ਨੀਵੀਆਂ ਹਾਸਿਆਂ ਉਦਾਸੀਆਂ ਚਾਨਣ ਤੇ ਹਨੇਰੇ ਦਾ ਅਭਿਆਸ ਕਰਦੇ ਆ ਮਹਾਰਾਣੀ ਐਲਜ਼ਾਬੈਥ ਦੂਜੇ ਸ਼ਾਹੀ ਪਰਿਵਾਰ ਦੇ ਰੁਤਬੇ ਨੂੰ ਉੱਚੀਆਂ ਰੱਖਣ ਬਾਰੇ ਚਿੰਤਤ ਜਾ ਆਪਣੀ ਸਿਹਤ ਬਾਰੇ ਚਿੰਤਤ ਹੈ ਪ੍ਰਧਾਨ ਮੰਤਰੀ ਆਪਣੀ ਕੁਰਸੀ ਬਾਰੇ ਚਿੰਤਤ ਹੈ ਯਕੀਨਤਾ ਨੂੰ ਚੰਗੀ ਯੋਜਨਾਵਾਂ ਦੁਆਰਾ ਸੁਧਾਰਿਆ ਜਾ ਸਕਦਾ ਹੈ ਪਰ ਜੀਵਨ ਸਾਥੀ ਦੀ ਅਚਾਨਕ ਮੌਤ ਕੁਦਰਤੀ ਆਫਤਾਂ ਅਚਾਨਕ ਹਾਦਸੇ ਰਾਜਨੀਤਿਕ ਤੇ ਸਮਾਜਿਕ ਗੜਬੜਾ ਜਿਹੇ ਤੱਤ ਹੈ ਜੋ ਕਾਬੂ ਤੋਂ ਬਾਹਰ ਹੈ ਸੋ ਇਹ ਸਾਫ ਹੈ ਕਿ ਲੋਕ ਜਿਨ੍ਹਾਂ ਦੇ ਲਗਾਤਾਰ ਜਾਂ ਟੁੱਟੀਆਂ ਰੇਖਾਵਾਂ ਹੋਣ ਜਾਂ ਕਿਸਮਤ ਰੇਖਾ ਦੀ ਅਣਹੋਂਦ ਹੋਵੇ ਸਾਰੇ ਹੀ ਚੰਗਿਆਂ ਤੇ ਮਾੜਿਆਂ ਸਮਿਆਂ 'ਚੋਂ ਲੰਘਦੇ ਆ ਪਰ ਚੰਗੇ ਪ੍ਰਬੰਧਕ ਆਪਣੇ ਸਮੇਂ ਸਿਰ ਕੀਤੀ ਕੰਮ ਦੀ ਯੋਜਨਾਬੰਦੀ ਦੁਆਰਾ ਲਿਆਂਦੀ ਚੰਗੀ ਕਿਸਮਤ ਦਾ ਸਦਾ ਆਨੰਦ ਮਾਣਦੇ ਆ ਕਿ ਮੈਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਜੋ ਹੱਥ ਕਿਸਮਤ ਰੇਖਾ ਤੋਂ ਬਿਲਕੁਲ ਹੀ ਬਿਨਾ ਹਨ ਉਹ ਵਿਅਕਤੀ ਬਿਲਕੁਲ ਮਾੜੀ ਕਿਸਮਤ ਦੇ ਹਨ ਹੱਥ ਰੇਖਾ ਮਾਹਰ ਸਦਾ ਹੀ ਚਲਾਕੀ ਵਾਲਾ ਜਵਾਬ ਦੇਗਾ ਉਹਨਾਂ ਲਈ ਇਹ ਬਹੁਤ ਸੌਖਾ ਹੈ ਕਿਉਂਕਿ ਉਹਨਾਂ ਦੇ ਸ਼ਬਦ ਹੀ ਨਿਯਮ ਹਨ ਕੀਰੋ ਇਹਦਾ ਜਵਾਬ ਇੱਕ ਚਲਾਕ ਨੇਤਾ ਵਾਂਗੀ ਕਹਿ ਕੇ ਦਿੰਦਾ ਹੈ ਕਿ ਅਕਸਰ ਹੀ ਕਿਸਮਤ ਰੇਖਾ ਤੋਂ ਬਿਨਾ ਲੋਕ ਬਹੁਤ ਕਾਮਯਾਬ ਹੁੰਦੇ ਐ ਪਰ ਉਹਨਾਂ ਦੀ ਹੋਂਦ ਸਬਜ਼ੀਆਂ ਵਾਂਗ ਹੁੰਦੀ ਐ ਉਹ ਖਾਂਦੇ ਪੀਂਦੇ ਸੌ ਜਾਂਦੇ ਐ ਪਰ ਮੈਂ ਨਹੀਂ ਸੋਚਦਾ ਕਿ ਅਸੀਂ ਉਹਨਾਂ ਨੂੰ ਸੱਚੀ ਮੁੱચી ਖੁਸ਼ ਕਹਿ ਸਕਦੇ ਐ ਕਿਉਂਕਿ ਬਰੀਕੀ ਨਾਲ ਮਹਿਸੂਸ ਨਹੀਂ ਕਰ ਸਕਦੇ ਮੇਰੇ ਕੋਲ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚੋਂ ਤੇ ਵੱਖ-ਵੱਖ ਕਲਾਤਮਕ ਰੁਚੀਆਂ ਵਾਲੇ ਵਿਅਕਤੀਆਂ ਦੀਆਂ ਜਿਉਂਦੀਆਂ ਉਦਾਹਰਨਾ ਹਨ ਉਹ ਲੋਕ ਪੂਰੀ ਤਰ੍ਹਾਂ ਕਾਮਯਾਬ ਹਨ ਉਹਨਾਂ ਦੇ ਜੀਵਨ ਦੇ ਨਵੇਂ ਰਾਹ ਲੱਭੇ ਹੈ ਮਾਨਸਿਕ ਪੱਧਰ ਉਤੇ ਖੁਸ਼ ਰਹਿਣ ਦਾ ਆਨੰਦ ਮਾਣਦੇ ਹੈ ਉਹਨਾਂ ਦੀਆਂ ਹਥੇਲੀਆਂ ਉੱਤੇ ਕਿਸਮਤ ਰੇਖਾ ਦਾ ਕੋਈ ਵੀ ਚਿੰਨ ਨਹੀਂ ਹੈ ਦੂਜੇ ਪਾਸੇ ਮੈਂ ਉਹ ਵਿਅਕਤੀ ਵੇਖਿਆ ਜੋ ਲੰਬੀ ਲਗਾਤਾਰ ਚੰਗੀ ਕਿਸਮਤ ਰੇਖਾਵਾਂ ਵਾਲੇ ਹੈ ਪਰ ਉਹ ਮਾੜੀ ਸਿਹਤ ਗਰੀਬੀ ਘੱਟ ਵਿਕਸਤ ਮਾਨਸਿਕਤਾ ਦਾ ਸ਼ਿਕਾਰ ਹੁੰਦੇ ਹੈ ਜੇ ਇਹ ਕਿਸਮਤ ਰੇਖਾ ਮੰਗਲ ਦੇ ਮੈਦਾਨ ਤੋਂ ਉੱਠੇ ਇਹ ਉਦਾਸ ਤੇ ਕਸ਼ਟਾਂ ਭਰਪੂਰ ਬਚਪਨ ਦਰਸਾਉਂਦੀ ਹੈ। ਯਤੀਮਾਂ ਤੇ ਗਲੀਆਂ 'ਚ ਦਿਨ ਰਾਤ ਕੱਟਦੇ ਬੱਚਿਆਂ ਦੇ ਹੱਥਾਂ 'ਤੇ ਅਜਿਹਾ ਕੋਈ ਚਿੰਨ ਨਹੀਂ। ਉਸ ਸਮੇਂ ਦੀ ਬੇਯਕੀਨਤਾ 'ਚ ਘਿਰੇ ਆਪਣੀਆਂ ਗਰਮ ਗਰਮੀਆਂ ਤੇ ਠਾਰਦੀਆਂ ਸਰਦੀਆਂ ਨੀਲੇ ਅਸਮਾਨ ਦੀ ਛੱਤ ਥੱਲੇ ਹੀ ਕੱਟਦੇ ਐ। ਭਾਵੇਂ ਮੈਂ ਹੱਥ ਰੇਖਾ ਪੜਨ ਦੇ ਅਣਵਿਹਾਰਿਕ ਹੋਣ ਦੀ ਕਿਤਾਬ ਪੂਰੀ ਕਰ ਸਕਦਾ ਜਿੱਥੋਂ ਤੱਕ ਮਹੱਤਵਪੂਰਨ ਨੁਕਤੇਆਂ ਦਾ ਸੰਬੰਧ ਹੈ। ਮੈਂ ਉਹਨਾਂ ਦੀ ਪੂਰੀ ਬਰੀਕੀ ਨਾਲ ਮੁਲਾਂਕਣ ਕਰ ਚੁੱਕਿਆ ਤੇ ਮੈਂ ਸਮਝਦਾ ਇਹ ਇਕੱਠੀ ਕੀਤੀ ਸੂਚਨਾ ਹੱਥ ਰੇਖਾ ਪੜਨ ਵਾਲਿਆਂ ਤੇ ਪਾਟਕਾਂ ਤੋਂ ਉਹਨਾਂ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਕਰਨ ਲਈ ਕਾਫੀ ਹੈ ਪੌਦਿਆਂ ਤੇ ਪਸ਼ੂਆਂ ਦਾ ਜੀਵਨ ਇੱਕ ਕੀੜੇ ਪੌਦੇ ਤੇ ਮਨੁੱਖ ਦੇ ਜੀਵਨ 'ਚ ਬਿਲਕੁਲ ਹੀ ਕੋਈ ਫਰਕ ਨਹੀਂ ਫਰਕ ਸਿਰਫ ਮਾਨਸਿਕ ਵਿਕਾਸ ਦੀ ਪੱਧਰ 'ਤੇ ਨਾ ਕਿ ਜੀਵਨ 'ਚ ਮਨ ਦੀ ਕਿਸਮ 'ਚ ਨਾੜੀ ਪ੍ਰਣਾਲੀ ਦੇ ਵਿਕਾਸ ਅਨੁਸਾਰ ਪਿੰਨਤਾ ਹੁੰਦੀ ਹੈ ਜਦਕਿ ਇੱਕ ਜਿਉਂਦੇ ਆਲੂ 'ਚ ਮਨ ਨਹੀਂ ਹੁੰਦਾ ਕੀੜੇ 'ਚ ਅਣਵਿਕਸਿਤ ਮਨ ਹੁੰਦਾ ਹੈ ਤੇ ਮਨੁੱਖ ਕੁਝ ਪੂਰੀ ਤਰ੍ਹਾਂ ਵਿਕਸਿਤ ਮਨ ਹੁੰਦਾ ਹੈ। ਪਸ਼ੂਆਂ ਦੀ ਸਲਤਨਤ ਵਿੱਚੋਂ ਮਨੁੱਖ ਬਾਕੀ ਦੇ ਪਸ਼ੂਆਂ ਤੋਂ ਜ਼ਿਆਦਾ ਸੱਭਕ ਹੈ। ਪਿਆਰ, ਘਿਰਨਾ, ਗੁੱਸਾ, ਖੁਸ਼ੀ, ਆਦਿ ਭਾਵਨਾਵਾਂ ਹਨ ਜੋ ਮਨੁੱਖ ਤੇ ਬਾਕੀ ਦੇ ਪਸ਼ੂਆਂ ਨਾਲ ਮਿਲਦੀਆਂ। ਮਨੁੱਖ ਸਣੇ ਸਾਰੇ ਪਸ਼ੂ ਜੰਮਦੇ, ਵੱਧਦੇ, ਮਰਦੇ ਐ। ਸਾਰੇ ਪਸ਼ੂ ਖਾਂਦੇ, ਪੀਂਦੇ, ਜਨਮ ਦਿੰਦੇ ਐ। ਉਹ ਮਨੁੱਖਾ ਵਾਂਗ ਕਟਨਾਵਾ, ਹਾਦਸੇ ਤੇ ਬਿਮਾਰੀਆਂ ਦਾ ਸਾਹਮਣਾ ਕਰਦੀ ਐ। ਕਿਸਮਤਾਂ ਜੀਵਨ ਦਾ ਟੁੱਟ ਹਿੱਸਾ ਹੁਣ ਸਵਾਲ ਪੈਦਾ ਹੁੰਦਾ ਹੈ। ਜੇ ਇੱਕ ਹੱਥ ਰੇਖਾ ਵਿਗਿਆਨੀ ਪਸ਼ੂਆਂ ਦੀ ਕਿਸਮਤ ਪੜੇ ਤਾਂ ਪਸ਼ੂਆਂ ਦੀ ਜੀਵਨ ਦਿਲ ਵਿਆਹ ਤੇ ਸਿਹਤ ਆਦਰੇ ਖਾਵਾ ਕਿਵੇਂ ਲੱਭੂ ਕਿਵੇਂ ਹੱਥ ਰੇਖਾ ਵਿਗਿਆਨੀ ਪੜੇਗਾ ਕਿ ਇੱਕ ਬਾਉਂਸਰ ਨਾਂ ਦਾ ਖੁਸ਼ਕਿਸਮਤ ਕੁੱਤਾ ਟੈਲੀਵਿਜ਼ਨ ਦੇ ਲੜੀਵਾਰ ਪ੍ਰੋਗਰਾਮ ਗਵਾਂਡੀ ਵਿੱਚ ਐਕਟਿੰਗ ਕਰੇਗਾ ਤੇ ਕਰੋੜਾਂ ਲੋਕੀ ਉਹਦੀ ਪ੍ਰਸ਼ੰਸਾ ਕਰਨਗੇ ਕਿਸਮਤ ਦੱਸਣ ਵਾਲਾ ਕਿਵੇਂ ਭਵਿੱਖ ਬਾਣੀ ਕਰੇਗਾ ਕਿ ਕਿਹੜਾ ਕੁੱਤਾ ਮਹਾਰਾਣੀ ਐਲਜ਼ਬੈਥ ਦੂਜੀ ਦੀ ਬੁੱਕਲ ਚ ਬਕਿੰਗਮ ਮਹਿਲ ਵਿੱਚ ਲੱਖਾਂ ਮਨੁੱਖਾਂ ਤੋਂ ਵਧੀਆ ਜ਼ਿੰਦਗੀ ਕੱਟੇਗਾ ਜਾਇਦ ਤੋ ਤੱਕ ਭਵਿਕ ਬਾਣੀ ਕਰਨ ਕਿ ਕਦੋਂ ਤੇ ਕਿਹੜੀ ਡਾਲਫਿਨ ਮੱਛੀ ਡੂੰਘੇ ਸਮੁੰਦਰਾਂ ਚ ਡੁੱਬਦੇ ਮਨੁੱਖ ਦੀ ਜ਼ਿੰਦਗੀ ਬਚਾਏਗੀ ਅਸਲ ਚ ਬਹੁਤ ਸਾਰੇ ਪਸ਼ੂ ਪੰਛੀਆਂ ਤੇ ਸਰੀਰ ਉਤੇ ਕੋਈ ਅਜੇ ਅੰਗ ਨਹੀਂ ਜਿਸ ਨੂੰ ਉਹ ਮਨੁੱਖ ਹੱਥ ਵਾਂਗ ਮੋੜ ਤੇ ਵਰਤ ਸਕਣ ਬਾਂਦਰ ਜਾਂ ਐਬਸ ਇਸ ਘੇਰੇ ਤੋਂ ਬਾਹਰ ਹਨ ਉਹ ਸਾਡੇ ਹੱਥਾਂ ਵਾਂਗ ਹੀ ਇੱਕ ਅੰਗ ਰੱਖਦੇ ਹਨ ਜਿਹਨੂੰ ਮੋਰਲੀਆਂ ਲੱਤਾਂ ਵੀ ਕਿਹਾ ਜਾ ਸਕਦਾ ਹੈ ਤੇ ਇਹਨਾਂ ਉੱਤੇ ਕੁਝ ਰੇਖਾਵਾਂ ਵੀ ਹਨ ਪਰੇਸ ਮਾਮਲੇ 'ਚ ਹੱਥ ਰੇਖਾ ਵਿਗਿਆਨੀ ਚੁੱਪ ਰਹਿੰਦੇ ਹਨ ਹੱਥ ਰੇਖਾ ਮਾਹਰ ਪੜਨ ਤਾਂ ਬਾਂਦਰ ਦੀਆਂ ਰੇਖਾਵਾਂ ਵੀ ਲੱਗ ਜਾਣ ਜੇ ਬਾਂਦਰ ਪੈਸੇ ਦੇਣੇ ਸ਼ੁਰੂ ਕਰ ਦੇਣ ਜਦੋਂ ਜਾਗ ਉੱਠੀ ਖਲਕਤ ਸੁੱਤੀ ਬਦਲੂ ਲੋਕਾਂ ਦੀ ਤਕਦੀਰ ਸਮੁੱਝੀ ਤਾਂ